ਕਸ਼ਮੀਰ ਮੁੱਦੇ ਦੇ ਹੱਲ ਲਈ ਇਮਰਾਨ ਨੇ ਭਾਰਤ ਨਾਲ ਗੱਲਬਾਤ ਦੀ ਕੀਤੀ ਪੈਰਵੀ। ਬਦਕਿਸਮਤੀ ਇਹ ਹੈ ਕਿ ਹਮਾਰੇ ਇਸ਼ੂਜ਼ ਕੇ ਅੰਦਰ ਜੋ ਸਭਸੇ ਬੜਾ ਇਸ਼ੂ ਕੋਰ ਇਸ਼ੂ ਹੈ ਵੋ ਕਸ਼ਮੀਰ ਹੈ। ਕਸ਼ਮੀਰ ਮੇਂ ਜੋ ਹਾਲਾਤ ਹੈ ਔਰ ਜੋ ਕਸ਼ਮੀਰ ਕੇ ਲੋਗੋਂ ਨੇ ਪਿਛਲੇ 30 ਸਾਲ ਮੇਂ ਜੋ ਉਨਕੀ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀ ਹੈ ਜੋ ਹੋਣੀ ਥੀ, ਅਗਰ ਫੌਜ ਸੇ ਮਸਲੇ ਹੱਲ ਹੋ ਔਰ ਸ਼ਹਿਰੀ ਇਲਾਕੋਂ ਮੇਂ ਆਪ ਫੌਜ ਲੈ ਕੇ ਜਾਏਂਗੇ, ਕਹੀਂ ਵੀ ਦੁਨੀਆ ਕੀ ਫੌਜ ਜਬ ਸ਼ਹਿਰੀ ਇਲਾਕੇ ਮੇਂ ਜਾਤੀ ਹੈ ਹਿਊਮਨ ਰਾਈਟਸ ਵਾਇਲੇਸ਼ਨ ਹੈ ਔਰ ਕਸ਼ਮੀਰੀ ਲੋਗੋਂ ਨੇ ਬੜਾ ਸਫ਼ਰ ਕੀਆ ਇਸ ਵਕਤ। ਕੋਸ਼ਿਸ਼ ਹੋਣੀ ਇਹ ਚਾਹੀਏ ਪਾਕਿਸਤਾਨ ਔਰ ਹਿੰਦੁਸਤਾਨ ਕੀ ਲੀਡਰਸ਼ਿਪ ਕੋ ਕਿ ਹਮੇਂ ਟੇਬਲ ਪੇ ਬੈਠ ਕੇ ਹਮ ਕੋਸ਼ਿਸ਼ ਕਰੇ ਇਸ ਮਸਲੇ ਕੋ ਹੱਲ ਕਰੇ, ਇਹ ਜਾਣੇ ਤੋਂ ਨਹੀਂ ਲਗਾ। ਔਰ ਅਗਰ ਯਹੀ ਬਲੇਮ ਗੇਮ ਹੀ ਚਲਤੀ ਰਹੇਗੀ ਕਿ ਜੀ ਪਾਕਿਸਤਾਨ ਕੀ ਵਜ੍ਹਾ ਸੇ ਯੇ ਹੋ ਰਹਾ ਹੈ ਔਰ ਪਾਕਿਸਤਾਨ ਸਾਰਾ ਵਕਤ ਹਮ ਸਮਝਤੇ ਹੈ ਕਿ ਬਲੋਚਿਸਤਾਨ ਮੇਂ ਜੋ ਹੋ ਰਹਾ ਹੈ ਵੋ ਹਿੰਦੁਸਤਾਨ ਕੀ ਵਜ੍ਹਾ ਸੇ ਹੋ ਰਹਾ ਹੈ, ਯੇ ਤੋ ਹਮ ਸਕੁਏਅਰ ਵਨ ਪੇ ਹੈ ਇਸ ਵਕਤ। ਮੈਂ ਇਹ ਚਾਹੂੰਗਾ ਕਿ ਅਗਰ ਹਿੰਦੁਸਤਾਨ ਕੀ ਲੀਡਰਸ਼ਿਪ ਤਿਆਰ ਹੈ, ਹਮ ਬਿਲਕੁਲ ਤਿਆਰ ਹੈ ਕਿ ਹਮ ਆਪਣੇ ਤਾਲੁਕਾਤ ਬਿਹਤਰ ਕਰੇ। ਆਪ ਇੱਕ ਕਦਮ ਹਮਾਰੀ ਤਰਫ ਆਏਂਗੇ, ਹਮ ਦੋ ਕਦਮ ਆਪ ਕੀ ਤਰਫ ਜਾਏਂਗੇ, ਲੇਕਿਨ ਆਗੇ ਵੀ ਤੋ ਬੜੇ। ਅਭੀ ਤੱਕ ਤੋ ਇੱਕ ਵਨ ਸਾਈਡਡ ਕਿਸਮ ਕੀ ਰਿਲੇਸ਼ਨਸ਼ਿਪ ਹੈ ਕਿ ਬਲੇਮ ਕੀਆ ਜਾ ਰਿਹਾ ਪਾਕਿਸਤਾਨ ਕੋ ਹਰ ਜਿਸ ਕਿਸਮ ਕੀ ਦੁਨੀਆ ਮੇਂ ਕਈ ਦਹਿਸ਼ਤਗਰਦੀ ਹੋ ਤੋ ਪਾਕਿਸਤਾਨ ਕੋ ਬਲੇਮ ਕੀਆ ਜਾਤਾ ਹੈ। ਤੋ ਮੈਂ ਇਹ ਚਾਹੂੰਗਾ, ਇਹ ਮੇਰਾ ਮੈਂ ਇਹ ਹਮ ਮੈਂ ਕਨਵਿਕਸ਼ਨ ਸੇ ਕਹਿ ਰਹਾ ਹੂੰ ਕਿ ਇਹ ਦੋਨੋਂ ਇਹ ਸਭ ਕੰਟੀਨੈਂਟ ਕੇ ਲੀਏ ਸਭਸੇ ਜ਼ਰੂਰੀ ਚੀਜ਼ ਹੈ ਕਿ ਹਮਾਰੇ ਮੁਲਕੋਂ ਕੇ ਅੰਦਰ ਦੋਸਤੀ ਹੋ ਔਰ ਹਮ ਆਪਣੇ ਜੋ ਮੇਨ ਇਸ਼ੂ ਹੈ ਉਸਕੋ ਡਾਇਲੋਗ ਸੇ ਹੱਲ ਕਰੇ।